पॉपुलर है बनेंगे तो उस वक्त ना जब फ्री एंड फेयर इलेक्शन होंगे। हाँ ये भी पॉइंट है भाई, सारे लीडरां दे जवाक तो बाहर है, वो तो बाहर पढ़ते हैं। मैं कल पाकिस्तान की गल नहीं करन दिया, इतने साढ़े इंडिया का भी आई हाल है। ਵੱਡੇ ਵੱਡੇ ਆਰਟਿਸਟ ਸੈਲੀਬ੍ਰਿਟੀਆਂ ਨੂੰ ਜਦੋਂ ਵੋਟਾਂ ਦੇ ਕੇ ਤੇ MP ਬਣਾ ਦਿੰਦੇ ਆ ਨਾ, ਤੇ ਉਹ ਫਿਰ ਲੱਭਦੇ ਨਹੀਂ ਹੁੰਦੇ ਕਿ ਕਿੱਥੇ ਆ, ਉਹ ਬੰਬੇ ਬੈਠੇ ਹੁੰਦੇ ਆ। ਹੁਸ਼ਿਆਰਪੁਰ ਸਾਡਾ ਉਵੇਂ ਪਿਆਰ ਆ। ਠੰਡੀ ਇੱਕ ਜੀਪ ਕਾਲੀ ਹੋਵੇ ਨਹੀਂ, ਸਪੀਡ 40 ਬੀਟ ਇੰਟੈਂਸ ਵਾਲੀ, ਫੇਰ ਕੰਮ ਸੈੱਟ ਆ। ਹੈਲੋ ਜੀ, ਵੈਲਕਮ ਬੈਕ ਟੂ ਅਵਰ ਚੈਨਲ, ਜਿਹਦਾ ਨਾਮ ਹੈ ਪੰਜਾਬੀ ਰੀਅਲਟੀ ਵੀ, ਅਤੇ ਮੈਂ ਹਾਂ ਤੁਹਾਡਾ ਦੋਸਤ ਸਨਮੀਤ ਸਿੰਘ। ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਦੇਖਣਾ ਕਿ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਗੱਲ ਕਰ ਰਹੇ ਆ ਇਮਰਾਨ ਖਾਨ ਦੇ ਬਾਰੇ। ਮੈਂ ਬੜੇ ਟਾਈਮ ਤੋਂ ਵੇਟ ਕਰ ਰਿਹਾ ਸੀਗਾ ਕਿ ਇਹਨਾਂ ਦੀ ਕੋਈ ਵੀਡੀਓ ਆਵੇ ਇਮਰਾਨ ਖਾਨ 'ਤੇ। ਇਮਰਾਨ ਖਾਨ ਨੂੰ ਜੇਲ੍ਹ ਹੋ ਗਈ ਹੈ, ਵੋਟਾਂ ਆ ਗਈਆਂ, ਇਲੈਕਸ਼ਨ ਆ ਗਏ ਪਾਕਿਸਤਾਨ ਦੇ ਵਿੱਚ ਤੁਹਾਡੇ, ਅਤੇ ਲੇਕਿਨ ਇੰਜੀਨੀਅਰ ਸਾਹਿਬ ਨੇ ਕੋਈ ਗੁਫ਼ਤਗੂ ਨਹੀਂ ਇੱਥੇ ਕੀਤੀ। ਸੋ ਫਾਈਨਲੀ ਇੱਕ ਵੀਡੀਓ ਆਈ ਹੈ, ਉਹ ਦੇਖਦੇ ਹਾਂ ਤੁਹਾਡੇ ਨਾਲ। ਬਿਨਾਂ ਕਿਸੇ ਦੇਰ ਤੋਂ ਵੀਡੀਓ ਕਰਦੇ ਹਾਂ ਸ਼ੁਰੂ, ਆ ਜਾਓ। ਵੋਟ ਕੋ ਇੱਜ਼ਤ ਦੋ ਕਹਾਂ ਰਹਿ ਗਈ ਅਬ, ਵੋਟ ਕੀ ਇੱਜ਼ਤ ਤੋਂ ਖਤਮ ਕਰ ਦੀ, ਜਿਨ੍ਹਾਂ ਨੇ ਨਾਰਾ ਲਗਾਇਆ ਤਾਂ ਉਹਨਾਂ ਨੇ ਖੁਦ ਹੀ ਖਤਮ ਕਰ ਦੀ। ਠੀਕ ਹੈ, ਤੋ ਖਾਨ ਸਾਹਿਬ ਕੇ ਹਵਾਲੇ ਸੇ ਇਹ ਜੋ ਕੁਛ ਇਸ ਵਕਤ ਚੱਲ ਰਿਹਾ ਹੈ, ਮੁਝੇ ਤੋ ਮੈਨੇ ਆਪਕੋ ਪਹਿਲੇ ਹੀ ਬਤਾਇਆ ਥਾ, ਦੇਖੇ ਲੋਕ ਉਸ ਵਕਤ ਕਹਤੇ ਥੇ ਇੰਜੀਨੀਅਰ ਸਾਹਿਬ ਕੋ ਕਿਆ ਪਤਾ ਸਿਆਸਤ ਕਾ, PTA ਵਾਲੋਂ ਕੋ ਤੋ ਪਤਾ ਚੱਲ ਗਿਆ ਹੋਗਾ ਕਿ ਆਪ ਸੇ ਔਰ ਆਪਕੇ ਬੜੇ ਸੇ ਜ਼ਿਆਦਾ ਹੀ ਪਤਾ ਹੈ, ਜੋ ਕੁਛ ਮੈਨੇ ਉਸ ਵਕਤ ਕਹਾ ਥਾ ਏਕ ਏਕ ਕਰਕੇ ਸਭ ਕੁਛ ਸਹੀ ਹੋ ਰਿਹਾ ਹੈ, ਸਿਵਾਏ ਏਕ ਬਾਤ ਕੇ, ਵੋ ਮੈਨੇ ਕਹੀ ਨਹੀਂ ਥੀ, ਮੇਰੇ ਦਿਲ ਮੇ ਥੀ, ਔਰ ਉਸ ਕੇ ਲੀਏ ਮੈਨੇ ਪੂਰੀ ਕੋਸ਼ਿਸ਼ ਕੀ ਕਿ ਵੈਸਾ ਨਾ ਹੋ, ਮੇਰੀ ਖਵਾਹਿਸ਼ ਨਹੀਂ ਥੀ ਐਸਾ ਹੋ, ਕਿਉਂਕਿ ਬੜੇ ਅਰਸੇ ਬਾਅਦ ਪਾਕਿਸਤਾਨੀ ਕੌਮ ਕੋ ਇੱਕ ਐਸਾ ਲੀਡਰ ਮਿਲਾ ਜਿਸਸੇ ਵੋ ਦਿਲੀ ਅਕੀਦਤ ਰੱਖਤੇ ਹੈ, ਤੋ ਮੈਂ ਨਹੀਂ ਚਾਹਤਾ ਥਾ ਕਿ ਵੋ ਬੁਜ਼ਦਿਲੀ ਦਿਖਾਏ, ਔਰ ਵੋ ਯੇ ਥਾ ਕਿ ਮੁਲਕ ਛੋੜ ਕੇ ਨਾ ਜਾਏ। ਤੋ ਆਪਕੋ ਪਤਾ ਹੈ ਜਬ ਵੋ ਤਰੀਕੇ ਅਦਮ ਇਤਮਾਦ, ਤੋ ਮੈਨੇ ਇੱਕ ਵੀਡੀਓ ਅਪਲੋਡ ਕੀਤੀ ਕਪਤਾਨ ਹਮੇ ਛੋੜ ਕੇ ਨਾ ਜਾਣਾ, ਉਸਮੇ ਮੈਨੇ ਯੇ ਨਹੀਂ ਕਹਾ ਥਾ ਕਿ ਇਹ ਵੀ ਭਾਗ ਜਾਏਂਗੇ ਨਵਾਜ਼ ਸ਼ਰੀਫ ਸਾਹਿਬ ਕੀ ਤਰ੍ਹਾਂ, ਨਹੀਂ ਇਹ ਮੈਨੇ ਨਹੀਂ ਕਹਾ, ਮੁਝੇ ਖਤਰਾ ਥਾ ਕਿ ਐਸਾ ਹੋ ਜਾਏਗਾ, ਕਿਉਂਕਿ ਵੋ ਇੰਗਲੈਂਡ ਮੇਂ ਤੋ ਉਨਕੇ ਬੇਟੇ ਤੋ ਉਧਰ ਹੀ ਹੈ। ਤੋ ਯੇ ਬਾਤ ਮੈਂ ਇਸ ਲਈ ਨਹੀਂ ਕਰਨਾ ਚਾਹਤਾ ਥਾ ਕਿ ਇਸ ਚੀਜ਼ ਕੇ ਚਾਂਸਿਸ ਦੇਖ ਕੇ ਕੋਈ ਦਲੇਰੀ ਦਿਖਾ ਵੀ ਜਾਏ, ਤੋ ਲਿਆਦਾ ਉਸਮੇ ਵੀ ਮੈਂ ਕੋਈ ਗਲਤ ਸਾਬਿਤ ਨਹੀਂ ਹੋਇਆ, ਮੈਨੇ ਉਤਨਾ ਹੀ ਸਟਾਂਸ ਲਿਆ ਜਿਤਨਾ ਲੈਣਾ ਚਾਹੀਦਾ, ਮੈਨੇ ਕਹਾ ਥਾ ਹਾਂ ਸਾਹਿਬ ਆਪਨੇ ਦਲੇਰੀ ਦਿਖਾਣੀ ਹੈ, ਮੁਲਕ ਨਹੀਂ ਛੋੜ ਕੇ ਜਾਣਾ, ਠੀਕ ਹੈ, ਅਦਰਵਾਈਜ਼ ਫਿਰ ਲੋਕ ਆਪਕੇ ਬਾਰੇ ਮੇਂ ਵੀ ਬਾਤ ਕਰੇਂਗੇ ਔਰ ਵੋ ਉਸਕੇ ਉੱਪਰ ਕਾਇਮ ਰਹੇ। ਹਮਸੇ ਕੋਈ ਐਕਸਪੈਕਟ ਨਾ ਕਰੇ ਕਿ ਹਮ ਸਿੰਗਲ ਆਊਟ ਕਰੇਂਗੇ ਕਿਸੇ ਕੋਈ ਸਵਾਲੇ ਸੇ ਕਿ ਉਸੇ ਫੇਵਰ ਦੇ, ਇਸ ਦਿਨ ਮੈਂ ਰੱਖੀਏਗਾ ਬਿਲਕੁਲ, ਹਮਾਰਾ ਕਰੈਕਟਰ ਲੋਕ ਕੇ ਸਾਹਮਣੇ ਹੈ, ਹਮ ਉਸ ਵਕਤ ਵੀ ਇਸਟੈਬਲਿਸ਼ਮੈਂਟ ਕੇ ਪੋਲੀਟਿਕਸ ਮੇਂ ਕਿਰਦਾਰ ਕੇ ਖਿਲਾਫ ਥੇ ਜਬ PTI ਇਸਟੈਬਲਿਸ਼ਮੈਂਟ ਕੀ ਗੋਦ ਮੇਂ ਬੈਠੀ ਹੋਈ ਥੀ, ਔਰ ਮੇਰੇ ਸਾਥ ਆ ਕੇ ਪਰਸਨਲੀ ਵੀ ਲੋਕ PTI ਕੇ ਲੜਤੇ ਥੇ, ਅਲੀ ਭਾਈ ਆਪਕੋ ਨਹੀਂ ਪਤਾ ਯੇ ਇਸ ਤਰ੍ਹਾਂ ਫੌਜ ਕੀ ਗਲਤੀਆਂ ਪਰ ਵੀ ਪਰਦਾ ਡਾਲਣਾ ਚਾਹੀਏ, ਔਰ ਆਪਣਾ ਜਬ ਵਜ਼ੂ ਟੂਟਾ ਤੋ ਆਪ ਦੇਖ ਲੈ ਕਿਆ ਕਰ ਰਹੇ, ਆਪ ਮੇਰੇ ਸਾਥ ਵੋ ਨਿਗਾਹ ਨਹੀਂ ਮਿਲਾ ਸਕਤੇ, ਆਪ ਮੁਝੇ ਉਹਨੇ ਸਮਝਾਉਣਾ ਪੜਤਾ ਹੈ ਕਿ ਯਾਰ ਹੱਥ ਹੌਲਾ ਰੱਖੋ, ਤੁਸੀਂ ਬਹੁਤ ਅੱਗੇ ਚਲੇ ਗਏ ਹੋ, ਠੀਕ ਹੈ। ਫਿਰ PTA ਵਾਲੇ ਹੀ ਅਕਸਰ ਇਤਰਾਜ਼ ਕਰਤੇ ਹੈ ਕਿ ਜੀ ਵੋ ਆਜ਼ਮ ਸਵਾਤੀ ਸਾਹਿਬ ਕੇ ਸਾਥ, ਸ਼ਬਾਜ਼ ਗਿੱਲ ਕੇ ਸਾਥ ਯੇ ਕੁਛ ਕੀਆ, ਬਿਲਕੁਲ ਗਲਤ ਕੀਆ, ਲੇਕਿਨ ਜ਼ਰਾ ਆਪਣੀ ਅਦਾਓਂ ਪੇ ਵੀ ਗੌਰ ਕਰੇਂ, ਮੁਝੇ ਬਤਾਏ ਆਪ ਕਿਸੀ ਕੋ ਟਵੀਟ ਕੇ ਅੰਦਰ ਬਾਸਟਰਡ ਲਿਖੇ, ਆਊਟ ਆਫ ਵੈਡ ਲੋਕ ਕਿਸੀ ਕੋ ਹਰਾਮਜ਼ਾਦਾ ਕਹੇ, ਯੇ ਗਾਲੀ ਨਿਕਾਲੇ, ਤੋ ਆਪ ਯੇ ਐਕਸਪੈਕਟ ਕਰੇਂਗੇ ਕਿ ਵੋ ਆਗੇ ਸੇ ਆਪਕੋ ਫੂਲੋਂ ਕਾ ਤੋਹਫਾ ਭੇਜੇਗਾ। ਲੋਕ ਮੁਝੇ ਆਗੇ ਸਵਾਲ ਕਰਤੇ ਜੀ ਆਪ ਵੀ ਇਸਟੈਬਲਿਸ਼ਮੈਂਟ ਕੇ ਖਿਲਾਫ ਬੋਲਤੇ, ਮੈਂ ਇਸਟੈਬਲਿਸ਼ਮੈਂਟ ਕੇ ਖਿਲਾਫ ਨਹੀਂ ਬੋਲਤਾ, ਮੈਂ ਇਸਟੈਬਲਿਸ਼ਮੈਂਟ ਕੇ ਜੋ ਹਲਫ ਹੈ ਨਾ ਉਸਕੇ ਹੱਕ ਮੇਂ ਬੋਲਤਾ ਹੂੰ ਕਿ ਆਪ ਆਪਣੇ ਹਲਫ ਕੀ ਪਾਸਦਾਰੀ ਰੱਖੇ ਔਰ ਪੋਲੀਟਿਕਸ ਮੇਂ ਹਿੱਸਾ ਨਾ ਡਾਲੇ, ਨਿਊਟਰਲ ਰਹੇ ਬਕੌਲ ਇਮਰਾਨ ਖਾਨ ਸਾਹਿਬ ਕੇ, ਚਲੇ ਇਹ ਲਫ਼ਜ਼ ਵੈਸੇ ਬਦਨਾਮ ਹੋ ਗਏ, ਅਨਬਾਇਸਡ ਰਹੇ, ਇਹ ਪੋਲੀਟੀਕਲ, ਤੋ ਇਹ ਕੋਈ ਉਨਕੀ ਬੇਇੱਜ਼ਤੀ ਕਰਨਾ ਨਹੀਂ ਹੈ, ਉਸ ਜ਼ਮਾਨੇ ਮੇਂ ਜਬ ਬੇਇੱਜ਼ਤੀ ਥੀ ਉਸ ਵਕਤ ਵੀ ਮੈਂ ਕਹਿਤਾ ਥਾ, ਆਪ ਤੋ ਖੈਰ ਵੋ ਖੁਦ ਕਹਿ ਰਹੇ ਕਿ ਹਮ ਐਸਾ ਹੈ ਜਾਂ ਨਹੀਂ ਹੈ, ਵੋ ਆਵਾਮ ਨੇ ਜ਼ਾਹਿਰ ਹੈ ਔਰ ਹਾਲਾਤੋ ਵਾਕਿਆਤ ਨੇ ਫੈਸਲਾ ਕਰਨਾ, ਵੋ ਉਹਨੇ ਖੁਦ ਸਮਝ ਆ ਜਾਏਗੀ, ਲੇਕਿਨ ਇਸ ਕੀ ਬੁਨਿਆਦ ਕੇ ਉੱਪਰ ਇਹ ਗਾਲੀ ਗਲੋਚ ਕਾ ਕਲਚਰ ਆਮ ਕਰਨਾ, ਇੱਕ ਦੂਸਰੇ ਕੋ ਗਦਾਰੇ ਵਤਨ ਕਹਿਣਾ, ਇੱਕ ਦੂਸਰੇ ਕੇ ਉੱਪਰ ਝੂਠੇ ਮੁਕਦਮਾਤ ਬਣਾਉਣਾ, ਇਹ ਵੀ ਤੋ ਗਲਤ ਹੈ ਨਾ। ਆਪ ਮੁਝੇ ਬਤਾਏ ਯੇ ਗੌਰਮੈਂਟ ਸਹੀ ਮੁਕਦਮਾਤ ਮੇਂ ਵੀ ਖਾਨ ਸਾਹਿਬ ਕੋ ਕੈਸੇ ਪਕੜ ਸਕਤੀ ਹੈ
جبکہ فضول قسم کے مقدمات کی بھی سینچری ہونے والی ہے. اگر وہ مقدمات مضبوط ہیں تو شاہخانہ والا کیس ہو یا باقی کیسز, تو باقی آپ کے کیسز بنانے کی ضرورت ہی نہیں ہے, صرف اس لیے کہ ذلیل کرنا ہے کسی بندے کو کہ وہ ایک عدالت میں پیش ہو تو دوسرے علاقے کی پولیس پیچھے کھڑی ہوئی ہو, جس طرح عمران ریاض خان کو انہوں نے سیر کرائی تھی. تو اس کا مطلب ہے کہ آپ بھی کوئی اینڈ رزلٹ نہیں چاہتے, صرف دوسرے کو ذلیل کرنا چاہتے ہیں, جس طرح کے خان صاحب آپ کے ساتھ کرتے رہے اپنی حکومت میں نیب کے ذریعے. تو فرق تو کوئی نہ رہ گیا, دونوں پھر ایک ہی طریقے سے بیہیو کر رہے ہیں نا. آپ جو کل تک آئین کی پاسداری کی بات کرتے تھے, فریڈم آف ایکسپریشن کی بات کرتے تھے, تو اب آپ بھی تو اس کو نہیں کر رہے ہو. یہ میں نے 2018 کے الیکشن والی رات کہہ دیا تھا. اس ٹائم کسی نے سوچا تھا کہ یہ اتنی پیاری لو میرج ہوئی ہے, یہ ناکام بھی ہوگی, لیکن لو میرج ہمیشہ ناکام ہوتی ہے. یہ لو میرج نواز شریف کے ساتھ بھی ان کی ہو چکی ہوئی ہے, جو عمران خان صاحب آج لڑ لے تھے نا کچھ عرصہ پہلے تک, نواز شریف صاحب بھی ان کو بھی اسٹیبلشمنٹ نہیں لانچ کیا تھا. تو ہمیں پتا یہ لو میرج ہمیشہ ناکام ہی ہوتی ہے, اور وہ ہوئی. ہم نے اس وقت بھی کہا کہ اس طریقے سے گورنمنٹ کو نہیں ہٹانا چاہیے تھا. پانچ دفعہ کم از کم اسمبلیاں اپنا وقت پانچ اسمبلیاں پورا کرے تو انشاءاللہ یہ معاملات بہتر ہوں گے. اور اس میں میں نے یہ بھی کہا تھا کہ جب وہ کسی کو ہٹاتے ہیں نا تو اگلے الیکشنز میں اسے نہیں لے کے آتے. لوگ کہتے نہیں جی وہ انجینئر صاحب خان صاحب بڑے پاپولر ہیں وہ بن جائیں گے. بھائی پاپولر ہیں بنیں گے تو اس وقت نا جب فری اینڈ فیئر الیکشنز ہوں گے. پاپولر تو نواز شریف صاحب بھی تھے, لیکن 2018 میں کس طرح انجینئرنگ کر کے ایک ایسے بندے کو جس کی مشکل سے 30 سیٹیں نکلتی تھیں اسے انہوں نے جتوا دیا, اور وہ آہستہ آہستہ سب کچھ کھل گیا کیونکہ وہ سہولت کار بھی سامنے آ گئے. دونوں آپ پتہ جب پھوٹ پڑتی ہے پھر وہ دونوں طرف کی باتیں نکلتی ہیں بھائی. اور اس چیز کو نون لیگ والے کیش نہ کروائیں. نواز شریف کے ساتھ بھی یہی کچھ کیا بینظیر کے مقابلے پہ, اس وقت بھی اسٹیبلشمنٹ نے جعلی طریقے سے ہی نواز شریف کو 97 کے الیکشن میں سندھ میں جتا دیا تھا, اندازہ کرو. تو یہ سارے اپنے اپنی سیٹ کا مزہ لیتے رہے, ہماری تو کوئی سٹیک پہ نہیں لگی نا. ہمیں بالکل ریئل ٹائم جو چیزیں ہیں جو اسٹیبلش فیکٹس ہیں وہ ہم لوگوں کے سامنے بیان کرتے ہیں کہ یار یہ اس طرح نہیں اس طرح ہوا تھا. اور اب تو خیر سوشل میڈیا کی برکت سے سب کچھ کھل گیا, تو اس کو کوئی ایپ نہیں بنانا چاہیے. اگر عمران خان صاحب اسٹیبلشمنٹ کے کندھے پہ سوار ہو کے 2018 میں آئے تو اس سے پہلے نواز شریف صاحب بھی جو ہے اسی طریقے سے آتے تھے. تو ظاہر ہے اس کی وجہ سے عمران خان نے سمجھا کہ یہی ایک طریقہ ہے اوپر آنے کا, اوپر آ کے میں پھر معاملات ٹھیک کر لوں گا. لیکن ٹھیک کیا کرنے تھے, وہ آپ کے سامنے مزید خراب ہو گئے. اور اب تو میرا خیال ہے جو ملک کی صورت حال ہے, تو میں نے تو دیکھے وہ فل بدی اس وقت میرے جملے پتہ نہیں اللہ نے زبان سے نکالے, ان کو شرف قبولیت ہوا کہ اب یہ لوگ کعبے کی چھت پہ بھی کھڑے ہو کے کہیں کہ ہماری آنے والی نسلوں میں بھی کوئی پولیٹکس میں حصہ نہیں لے گا تو شاید کوئی عوام مان لے. ادروائز مجھے نہیں لگتا کہ عوام میں جتنی نفرت آئی ہے یہ اب نکل سکے گی. اب لوگ چوک چوراہوں میں ہوٹلوں پہ بیٹھ کے چائے پیتے ہوئے کھانا کھاتے ہوئے سر عام فوج کو گالیاں دے رہے ہوتے ہیں, اور یہ بڑا خطرناک معاملہ ہے. کسی ملک کی تباہی کا آغاز یہ ہے کہ اس کی فوج سے اس کی عوام نفرت کرنا شروع کرتے ہیں. بہت اسٹیٹمنٹ ہے. اس میں مجرم عمران خان صاحب نہیں ہے, یہ ذہن میں رکھیے گا. مجرم وہ لوگ ہیں جنہوں نے اتنا عرصہ غلطی کی. عمران خان صاحب تو ریٹ کر رہے ہیں نا, یہ تو ہوتا ہے پھر اس طرح کے کاموں میں بھائی. ہاں, اور خود ایکس آرمی چیف نے آخری تقریر میں کیا کہا ہے کہ ہماری فوج سب سے زیادہ قربانیاں دیتی ہے اور گالیاں بھی کھاتی ہے, تو ہم نے سوچا کہ اس کی ریزن یہ ہے کہ ہم لوگ پالیٹکس میں لچ فرائی کرتے ہیں, آندہ سے نہیں کریں گے. یعنی انہوں نے بھی مانا ہے کہ یہ ہماری غلطیوں کی وجہ سے ہمارے ساتھ ہو رہا ہے. تو سرکار جب آپ کی غلطی ہیں لہٰذا آپ کے ساتھ ٹرولنگ ہو, گالی گلوچ ہو, تو اس میں کسی لیڈر پہ غصہ کھانے کے بجائے سب سے پہلے اپنے ان بڑوں کے اوپر غصہ کھائیں جن بڑوں نے, یعنی وہ صدر ایوب نے فاطمہ جناح جیسی محسن پاکستان اور پاکستان کے بانیوں میں شامل عورت کو غدار وطن اور انڈیا کا ایجنٹ ڈکلیئر کیا. ٹھیک ہے, پھر ضیاء الحق نے جو یہاں پہ کلاشن کوف کلچر اور شیعہ کافر کے نعرے اور
جو کچھ پروکسی وار سعودی اور ایران کی یہاں پہ داخل کی، ہتھوڑا گروپ بنایا، اے تھوڑا گروپ عدلیہ اللہ نہیں دوسرا، اور اس کے بعد مشرف نے جو کچھ جو ہے وہ سب سے پہلے پاکستان کے نام کے اوپر جو سیکولرزم اور جو لا مذہبیت یہاں پہ پھیلانے کی کوشش کی، اور جو لال مسجد کا واقعہ ہوا، اور اس کے بعد جو ہے وہ خودکش حملہ والا معاملہ شروع ہوا پورے ملک کے اندر، اور پھر ضرب عزم اور رد الفساد کے بعد کسی حد تک اس ایشو کو ایڈریس کیا گیا. تو یہ دیکھیں یہ پوری چینج ہے. اور مردہ ایم کیو ایم جو بینظیر کے دور میں جس ایم کیو ایم کو ایڈریس کر لیا گیا تھا، اس ناسور کو، ایم کیو ایم کی جو پالیٹکس والا پورشن ہے میں اس کی تعریف کرتا ہوں، لیکن جو ان کا یہ والا جو نان سٹیٹ ایکٹر والا جو ایلیمنٹ ہے وہ بہت خطرناک ہے. اس کو دوبارہ سے مشرف نے زندہ کر دیا، پھر خیر جب ان کو اندازہ ہوا اور پھر وہ صفایا ہوا سارا کے سارا معاملہ. تو آج بھی یعنی خان صاحب کے حوالے سے جس طریقے سے رویہ اختیار کیا جا رہا ہے، تو میرا خیال ہے عوام خود دیکھ رہی ہے، عوام خود فیصلہ کرے گی. آپ کوئی ایسی ایکٹیویٹی پرفارم نہ کریں کہ جس کی وجہ سے مسئلہ کھڑا ہو. اس کی وجہ سے میرا خیال ہے کہ اوور آل کوئی اچھا امیج نہیں جا رہا، نہ پاکستان کا، نہ پاکستانی عوام کے اوپر ہمارے بڑوں کا. میرے خیال ہے سب کو ذمہ داری کا ثبوت دینا چاہیے. سب سے پہلے جو ذمہ داری کا ثبوت ہے وہ گورنمنٹ کو دینا چاہیے، کیونکہ وہ ڈرائیونگ سیٹ پہ، اس کے بعد اپوزیشن، پھر عدلیہ، فوج، پولیس، یہ سب کے سب لوگ جو ہے نا وہ بجائے ایک دوسرے کو اونچا نیچا دکھانے کے صحیح طریقے سے معاملات کو لے کے چلیں. یہ اس طریقے سے جو کچھ کر رہے ہیں اس کی وجہ سے نفرت ہی پھیل رہی ہے، اور پھر پورا میڈیا بجائے مہنگائی کو ڈسکس کرنے کے، ملک کی اکانومی کو ڈسکس کرنے کے، اس طرح کے ایشوز کو لے کے بیٹھا ہوا ہے. اور میں تو اکثر پریشان ہوتا ہوں کہ آپ خبریں اس قابل نہیں ہیں کہ آپ اپنی فیملی کے ساتھ بیٹھ کے دیکھ سکیں. سو گائز اس کی آئی دیکھ ویڈیو جہدے علی مرزا صاحب نے آپ ڈیٹیل انہوں نے اپنی گفتگو کی تھی کہ وہ کی سمجھتے ہیں پالیٹکس نو لے کے، جو موجودہ سچویشن ہے پاکستان کی انہوں لے کے. ہو سکتا ہے کہ کئی لوگوں انہوں کے جڑے وچار آ وہ نہ پسند ہون، کیونکہ جڑے لوگ عمران خان نو پسند کرتے ہیں تو جدو پھر علی مرزا صاحب ورگے جو شخصیت ہے انہوں کے منہوں انہوں کی یہ ایک کریٹیسزم سنتے ہیں تو کئی جنے پھر انہوں کے حق چ نہیں رہتے ہیں نا. لیکن مینو لگتا کہ جو علی مرزا صاحب ہے نا یہ سیدھی گل کرتے ہمیشہ، جدو بھی آپ انہوں دی ویڈیوز دیکھتے ہیں، چاہے وہ ریلیجن نو لے کے ہوئے، چاہے وہ ریلیجن دے وچ ہو رہے جڑے انہیں پچھلے سمے تو جو وہم بھرم ہے پاکھنڈ ہے انہوں کے خلاف ہوئے، جاں پھر وہ پالیٹکس نال ریلیٹڈ چیز ہوئے، سو یہ سیدھا بولتے ہیں. ٹھیک ہے، تو جڑا بندہ سیدھا بولتا ہوں وہ واقعی وہ کئی نو چنگا جڑا نہیں لگتا ہوں، پر انہوں نے جڑیاں گلاں کیتیاں وہ پتہ لگتا ہے کہ کافی سلجھیا ہوا انسان کر رہا ہے. ٹھیک ہے، یہ میں کیوں کہہ رہا ہوں، ہوں شاید یہ کئی جنے میری اس گل نال ایگری بھی نہ کرن، کیونکہ دیکھو کسی نو سپورٹ کرنا وہ چیز ہور ہوندی ہے، تے کسی دے کام نو سپورٹ کرنا وہ چیز ہور ہوندی ہے. مطلب ایک تاں تسی کسی شخص نو پرسنلی پسند کرتے ہو یار، وہ فین ہو، ٹھیک ہے، پھر وہ چاہے غلط کام بھی کر رہا ہے تسی وہ فین ہو. لیکن کئی لوگ ہوندے ہیں کہ اس بندے دے کماں دے فین ہوندے ہیں نا، کہ وہ کی کام کر رہا ہے وہ فین ہو، بھی وہ کماں دے کر کے وہ فین بنے ہیں، ہے نا. جے وہ غلط کرتا ہے تو پھر وہ ٹوکتے بھی ہے کہ یار ادا نہیں، یہ کام تیرا غلط ہے، ہے نا. ہوں جی انہوں نے کہا کہ توشے خانے والا جڑا کیس سا کہ جی وہ وہ مجرم ثابت ہو جاتے ہیں تو کہتے باقی جڑے انہیں کیس کیتے سی 150 دے قریب، وہ تو پھر وہی بھی ہے، وہی گل ہے کہ ذلیل کرنے واسطے ہی کیتے گئے، ہے نا. تو باقی ہوں جی ایک سٹیٹ دے سیکریٹس لیک کرن دا جڑا سائفر مشین والی جڑی گل بات ہوئی ہے تو پاکستان چ، ہے نا، ہوں وہ جڑا بہت وڈا الزام آ، وہ
ਤੇ ਉਹ ਉਹਦੇ 'ਚ ਹੁਣ ਜਿਹੜੇ ਦੋਸ਼ੀ ਪਾਏ ਗਏ ਤੇ 10 ਸਾਲ ਦੀ ਸਜ਼ਾ ਹੋਈ ਹੈ। ਹੁਣ ਉਹਦੇ ਪਿੱਛੇ ਉਹੀ ਗੱਲ ਹੈ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਪੋਲੀਟਿਕਸ ਹੈ ਨਾ ਜਿਹੜੀ, ਉਹਦੇ 'ਚ ਆਪਾਂ ਨਹੀਂ ਜਾਣ ਸਕਦੇ, ਸਾਰੀ ਉਮਰ ਨਹੀਂ ਆਪਾਂ ਨੂੰ ਪਤਾ ਲੱਗ ਸਕਦਾ ਕਿ ਇਹ ਫੈਸਲਾ ਸਹੀ ਸੀਗਾ ਜਾਂ ਗਲਤ ਸੀਗਾ। ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ 30 ਸੀਟਾਂ ਸੀ ਉਦੋਂ ਇਹਨਾਂ ਨੂੰ ਜਿਤਾ ਤਾ, ਜਾਂ ਪਹਿਲਾਂ ਨਵਾਜ਼ ਸ਼ਰੀਫ ਦੀ ਗੱਲ ਸੀ ਕਹਿੰਦੇ ਉਦੋਂ। ਯਾਰ ਦੇਖੋ, ਜਿਹੜੀਆਂ ਵੱਡੀ ਵੱਡੀਆਂ ਪਾਰਟੀਜ਼ ਹੁੰਦੀਆਂ ਨਾ, ਜਿਨ੍ਹਾਂ ਦੇ ਹੱਥ ਵਿੱਚ ਤੁਹਾਡੇ ਇੱਕ ਦੇਸ਼ ਦੀ ਜਿਹੜੀ ਸੱਤਾ ਹੁੰਦੀ ਹੈ, ਤਾਂ ਉਹ ਡਿਸਾਈਡ ਕਰਦੇ ਆ। ਇਹ ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਹੁੰਦੀ ਹੈ ਡਿਕਟੇਟਰਸ਼ਿਪ ਹੀ ਹੈ। ਠੀਕ ਹੈ ਕਿ ਅੰਦਰ ਅੰਦਰ ਖਾਤੇ ਪਤਾ ਹੁੰਦਾ ਕਿ ਕਿਹਨੂੰ ਅਸੀਂ ਅੱਗੇ ਲੈ ਕੇ ਆਉਣਾ, ਕਿਹਨੂੰ ਨਹੀਂ ਲੈ ਕੇ ਆਉਣਾ, ਕਿਹੜਾ ਸਾਡੀਆਂ ਗੱਲਾਂ 'ਤੇ ਚੱਲੂਗਾ, ਕਿਹੜਾ ਨਹੀਂ ਚੱਲੂਗਾ। ਉਹ ਜਿੰਨਾ ਚਿਰ ਆਰਮੀ ਦੇ ਕਹੇ 'ਤੇ ਚੱਲਦੇ ਸੀ ਉਨਾ ਚਿਰ ਤਾਂ ਠੀਕ ਸੀ, ਜਦੋਂ PM ਕੋਈ ਆਪਦੀ ਮਰਜ਼ੀ ਨਾਲ ਕੁਛ ਕਰਨਾ ਚਾਹੁੰਦਾ ਉਦੋਂ ਆਰਮੀ ਚੱਕ ਕੇ ਉਹਨੂੰ ਬਾਹਰ ਕਰ ਦਿੰਦੀ ਸੀ। ਐਂਡ ਤੁਹਾਡੇ ਆਰਮੀ ਚੀਫ ਨੇ ਖੁਦ ਇਹ ਗੱਲ ਕਹੀ ਹੈ। ਐਂਡ ਤੁਸੀਂ ਦੁਨੀਆਂ ਦਾ ਇਤਿਹਾਸ ਬੋਲ ਕੇ ਦੇਖ ਲਓ, ਜਿਸ ਕੰਟਰੀ ਦੇ ਵਿੱਚ ਆਰਮੀ ਦੀ ਇਨਵੋਲਵਮੈਂਟ ਹੁੰਦੀ ਹੈ ਇੰਟਰਨਲ ਅਫੇਅਰਸ ਦੇ ਵਿੱਚ, ਉੱਥੇ ਜਿਹੜੀ ਹੈ ਸਰਕਾਰ ਜਿਹੜੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੀ, ਅਤੇ ਨਾ ਹੀ ਉਹ ਦੇਸ਼ ਦੇ ਵਿੱਚ ਤੁਸੀਂ GDP ਇਕਨੋਮੀ ਜਾਂ ਇੱਦਾਂ ਦੀਆਂ ਫਾਈਨੈਂਸ਼ੀਅਲ ਜਿਹੜੀਆਂ ਸਿਚੁਏਸ਼ਨਸ ਹੈ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਟੈਬਲਾਈਜ਼ ਕਰ ਸਕਦੇ ਹੋ। ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ। ਦੇਖੋ, ਮੈਂ ਤੁਹਾਡੀਆਂ ਪਾਕਿਸਤਾਨ ਦੇ ਵੀਡੀਓਜ਼ 'ਤੇ ਰਿਐਕਸ਼ਨ ਕਰਦਾ, ਲੇਕਿਨ ਆਪਣੇ ਵਿਊਜ਼ ਹਮੇਸ਼ਾ ਜੈਨੂਅਨ ਹੁੰਦੇ ਆ। ਉਹੀ ਗੱਲ ਹੈ ਕਿ ਜਿੱਥੇ ਜਿਹੜੀ ਚੀਜ਼ ਸਹੀ ਆ ਆਪਾਂ ਉਹਨੂੰ ਸਹੀ ਕਹਾਂਗੇ, ਜੇਕਰ ਆਪਾਂ ਗਲਤ ਨੂੰ ਗਲਤ ਕਹਾਂਗੇ ਤਾਂ ਹੀ ਤਾਂ ਉਸ ਚੀਜ਼ ਵਿੱਚ ਇੰਪਰੂਵਮੈਂਟ ਹੋਏਗੀ। ਐਂਡ ਇਹ ਮੈਂ ਖੁਦ ਨਹੀਂ ਕਹਿ ਰਿਹਾ, ਤੁਹਾਡੇ ਪਾਕਿਸਤਾਨ ਦੇ ਬਹੁਤ ਜ਼ਿਆਦਾ ਜਿਹੜੀ ਮੈਜੋਰਟੀ ਹੈ ਉਹ ਇਸ ਗੱਲ ਨਾਲ ਐਗਰੀ ਕਰਦੀ ਹੈ, ਕਿਉਂਕਿ ਇਸ ਟਾਈਮ ਜੋ ਪੋਲੀਟੀਕਲੀ ਜਿਹੜੀ ਸਿਚੁਏਸ਼ਨ ਹੈ ਪਾਕਿਸਤਾਨ ਦੀ ਉਹ ਬਹੁਤ ਵੀਕ ਹੈ। ਪਰ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਸਾਰਾ ਕੁਝ ਸਟੈਬਲਾਈਜ਼ ਹੋਵੇ, ਕਿਉਂਕਿ ਐਟ ਦਾ ਐਂਡ ਜਿਹੜੇ ਤੁਸੀਂ ਲੋਕ ਦੇਖ ਰਹੇ ਹੋ ਨਾ, ਸਫ਼ਰ ਆਪਣੇ ਵਰਗੇ ਲੋਕ ਕਰਦੇ ਆ। ਜਿਹੜੇ ਵੀ ਪੋਲੀਟਿਕਸ ਦੇ ਨੇਤਾ ਹੁੰਦੇ ਆ ਉਹ ਸਫ਼ਰ ਨਹੀਂ ਕਰਦੇ ਜਿੰਨਾ ਇੱਕ ਆਮ ਇਨਸਾਨ ਕਰਦਾ। ਮਹਿੰਗਾਈ ਵੱਧਦੀ ਹੈ, ਪੈਟਰੋਲ ਦਾ ਰੇਟ ਵੱਧਦਾ, ਸਬਜ਼ੀਆਂ ਦੇ ਦਾਮ ਵੱਧਦੇ ਆ, ਦੁੱਧ ਦਾ ਦਾਮ ਵੱਧਦਾ, ਤਾਂ ਯਾਰ ਉਹਦਾ ਜਿਹੜਾ ਇਫੈਕਟ ਹੈ ਨਾ ਉਹ ਆਪਣੇ 'ਤੇ ਪੈਣਾ, ਆਪਣੇ ਬੱਚਿਆਂ 'ਤੇ ਪੈਣਾ। ਐਜੂਕੇਸ਼ਨ ਸੈਕਟਰ, ਜੇਕਰ ਤੁਸੀਂ ਦਵਾਈ ਖਰੀਦਣ ਜਾਂਦੇ ਹੋ ਉਹ ਵੀ ਇੰਨੀ ਮਹਿੰਗੀ ਹੈ, ਤੁਸੀਂ ਹੋਸਪਿਟਲ 'ਚ ਓਪਰੇਸ਼ਨ ਕਰਾਉਣਾ ਉਹ ਐਡਾ ਮਹਿੰਗਾ ਹੁੰਦਾ ਕਿ ਤੁਸੀਂ ਅਫੋਰਡ ਹੀ ਨਹੀਂ ਕਰ ਪਾਉਂਦੇ, ਬੰਦਾ ਤੁਹਾਡੇ ਹੱਥੋਂ ਚਲਾ ਜਾਂਦਾ। ਠੀਕ ਹੈ, ਉਹ ਅਸਰ ਆਮ ਇਨਸਾਨਾਂ 'ਤੇ ਹੋਣਾ, ਨਾ ਕਿ ਵੱਡੇ ਵੱਡੇ ਪੋਲੀਟੀਕਲ ਲੀਡਰਾਂ 'ਤੇ। ਸਾਰੇ ਲੀਡਰਾਂ ਦੇ ਜਵਾਕ ਤਾਂ ਬਾਹਰ ਹੈ, ਉਹ ਤਾਂ ਬਾਹਰ ਪੜ੍ਹਦੇ ਆ, ਮੈਂ ਇਕੱਲੇ ਪਾਕਿਸਤਾਨ ਦੀ ਗੱਲ ਨਹੀਂ ਕਰਨ ਡਿਆ, ਇੱਥੇ ਸਾਡੇ ਇੰਡੀਆ ਦਾ ਵੀ ਆਹੀ ਹਾਲ ਹੈ। ਠੀਕ ਹੈ, ਅਤੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਮਹਿੰਗਾਈ ਵਧੇ ਘਟੇ ਕੋਈ ਫਰਕ ਨਹੀਂ, ਬੇਰੁਜ਼ਗਾਰੀ ਗਰੀਬੀ ਕੋਈ ਫਰਕ ਨਹੀਂ। ਠੀਕ ਹੈ, ਫਰਕ ਪੈਣਾ ਆਪਣਿਆਂ ਨੂੰ। ਸੋ ਤੁਸੀਂ ਸੋਚ ਸਮਝ ਕੇ ਵੋਟ ਪਾਓ ਯਾਰ। ਮੈਂ ਤਾਂ, ਕਿਉਂਕਿ ਤੁਸੀਂ ਆਡੀਅੰਸ ਹੋ ਸਾਡੀ, ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹਾਂ, ਸਾਨੂੰ ਐਪਰੀਸ਼ੀਏਟ ਕਰਦੇ ਹਾਂ, ਤਾਂ ਬਦਲੇ ਵਿੱਚ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤੁਸੀਂ ਖੁਸ਼ ਰਹੋ, ਖੁਸ਼ਹਾਲ ਰਹੋ, ਇੱਕ ਵਧੀਆ ਜ਼ਿੰਦਗੀ ਮਿਲੇ, ਬੱਚਿਆਂ ਦਾ ਕਰੀਅਰ ਵਧੀਆ ਸੈੱਟ ਹੋਵੇ। ਅਤੇ ਉਹਦੇ ਵਾਸਤੇ ਅਸੀਂ ਤੁਹਾਨੂੰ ਇਹੀ ਇਨਕਰੇਜ ਕਰਾਂਗੇ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ ਆ ਸਕਦਾ ਉਸ ਪਾਰਟੀ ਨੂੰ ਵੋਟ ਦਿਓ। ਠੀਕ ਹੈ, ਉਹ ਕੋਈ ਵੀ ਹੋਵੇ, ਚਾਹੇ ਇਮਰਾਨ ਖਾਨ ਹੋਵੇ, ਚਾਹੇ ਉਹ ਸ਼ਹਿਬਾਜ਼ ਸ਼ਰੀਫ ਹੋਵੇ, ਜਾਂ ਫਿਰ ਕੋਈ ਕਿਸੇ ਹੋਰ ਦੀ ਪਾਰਟੀ ਦਾ ਮੈਂਬਰ ਹੋਵੇ, ਉਹਨਾਂ ਨੂੰ ਵੋਟ ਦਿਓ ਜਿਹੜਾ ਬੰਦਾ ਤੁਹਾਡੇ ਕੰਮ ਕਰੂਗਾ, ਜਿਹੜਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਊਗਾ, ਜਿਹੜੇ ਤੁਹਾਡੇ ਹੋਸਪਿਟਲਸ ਦੇ ਵਿੱਚ ਇਲਾਜ ਨੂੰ ਸਹੀ ਕਰਾਊਗਾ, ਦਵਾਈਆਂ ਸਸਤੀਆਂ ਕਰੂਗਾ, ਖਾਣ ਪੀਣ ਦੀਆਂ ਚੀਜ਼ਾਂ 'ਤੇ ਰੇਟ ਸਸਤਾ ਕਰੂਗਾ। ਠੀਕ ਹੈ, ਉਹਨਾਂ ਚੀਜ਼ਾਂ ਨੂੰ, ਉਹਨਾਂ ਬੰਦਿਆਂ ਨੂੰ ਵੋਟ ਦਿਓ ਜਿਹੜੇ ਤੁਹਾਡੇ ਕੰਮ ਆਉਣਗੇ। ਕਿਉਂਕਿ ਇਹ ਬਰਸਾਤੀ ਡੱਡੂਆਂ ਵਾਲੀਆਂ ਗੱਲਾਂ ਤਾਂ ਸਾਰੇ ਪੋਲੀਟੀਕਲ ਲੀਡਰ ਕਰਦੇ ਆ ਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਆ, ਲੇਕਿਨ ਬਾਅਦ ਵਿੱਚ ਉਹ ਪਤਾ ਹੀ ਨਹੀਂ ਹੁੰਦਾ ਕਿੱਥੇ ਹੈ। ਸਾਡੇ ਇੱਦਾਂ ਹੀ ਹੈ, ਜਿਹੜੇ ਵੱਡੇ ਵੱਡੇ ਆਰਟਿਸਟ ਸੈਲੀਬ੍ਰਿਟੀਆਂ ਨੂੰ ਜਦੋਂ ਵੋਟਾਂ ਦੇ ਕੇ ਅਤੇ MP ਬਣਾ ਦਿੰਦੇ ਆ ਨਾ, ਅਤੇ ਉਹ ਫਿਰ ਲੱਭਦੇ ਨਹੀਂ ਹੁੰਦੇ ਕਿ ਕਿੱਥੇ ਆ, ਉਹ ਬੰਬੇ ਬੈਠੇ ਹੁੰਦੇ ਆ। ਹੁਸ਼ਿਆਰਪੁਰ ਸਾਡਾ ਉਵੇਂ ਪਿਆ ਰਿਹਾ, ਸੰਨੀ ਦਿਓਲ ਦੀ ਗੱਲ ਕਰ ਰਿਹਾ ਅਤੇ ਮੈਂ।
ਸੋ ਇਹ ਚੀਜ਼ਾਂ ਹੁੰਦੀਆਂ ਬਈ। ਸੋ ਵੋਟ ਵਾਈਜ਼ਲੀ, ਸੋਚ ਸਮਝ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ। ਮੇਰੀ ਇਹੀ ਰਿਕੁਐਸਟ ਹੈ ਐਂਡ ਦੁਆ ਹੈ ਕਿ ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ। ਮਿਲਦੇ ਹਾਂ ਅਗਲੀ ਵੀਡੀਓ 'ਚ, ਮਿਲਦੇ ਹੋ ਇਜਾਜ਼ਤ, ਸਤਿ ਸ਼੍ਰੀ ਅਕਾਲ।